ਕੇਰਲਾ ਦੇ ਪਿੰਡ ਵੀ ਆਪਾਂ ਕਹਿੰਗੇ ਇੱਕ ਦਿਨ ਦੇ ਵਿੱਚ ਲੱਖਾਂ ਰੁਪਏ ਕਮਾਉਂਦੇ ਆ ਮੰਨ ਲਾ ਇਹਨਾਂ ਦੀ ਆਪਾਂ ਕਹਿੰਗੇ ਮਹੀਨੇ ਦੀ ਆਮਦਨ ਇੱਕ ਇੱਕ ਪਿੰਡ ਦੀ ਕਈ ਕਿ ਕ ਕਰੋੜਾਂ ਰੁਪਏ ਆ ਤੁਸੀਂ ਮੰਨੋਗੇ ਕਿ ਇਹਨਾਂ ਦੇ ਪਿੰਡਾਂ ਨੇ ਵੀ ਆਪਦੇ ਇਨਕਮ ਦੇ ਸੋਰਸ ਬਣਾਏ ਹੋਇਆ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਪੈਸੇ ਕਮਾਉਂਦਾ ਹੈ ਖਾਸ ਕਰਕੇ ਜਦੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਉਹ ਸਿਰਫ ਇਹ ਗੱਲ ਦੇਖਦੀਆਂ ਵੀ ਜਾਂ ਤਾਂ ਜੇ ਪਿੰਡ ਦੀ ਪੰਚਾਇਤ ਕੋਲ ਜ਼ਮੀਨ ਹੋਵੇ ਉਹਦਾ ਮਾੜਾ ਮੋੜਾ ਰੈਵਨਿਊ ਆ ਜਾਂਦਾ ਹੈ ਨਾ ਤੇ ਜਾਂ ਸਾਰਾ ਜਿਹੜਾ ਸਿਸਟਮ ਆ ਡਿਪੈਂਡ ਹੁੰਦਾ ਕਾਤੇ ਸਰਕਾਰ ਤੇ ਪਰ ਅੱਜ ਮੈਂ ਤੁਹਾਨੂੰ ਆਈਡੀਆ ਦਿਖਾਉਣਾ ਵੀ ਕੇਰਲ ਵਾਲੇ ਕਿਵੇਂ ਕਮਾਉਂਦੇ ਆ ਫਿਲਹਾਲ ਇਧਰਲੇ ਪਾਸੇ ਉਹ ਦਿਖਾਈ ਮੜਾ ਉਹ ਕੈਸ਼ ਕਾਊਂਟਰ ਹੈ ਇਹ ਹੈਗਾ ਇੱਥੇ ਪੰਚਾਇਤ ਦਾ ਬੰਦਾ ਬੈਠਾ ਇਹ ਕੈਸ਼ ਕਾਊਂਟਰ ਆ ਠੀਕ ਹੈ ਇਹ ਪੈਸੇ ਇਕੱਠੇ ਕਰਦੇ ਆ ਉਹਦਾ ਕਿਵੇਂ ਆ ਕਾਰਨਾਂ ਤੇ ਇਧਰਲੇ ਪਾਸੇ ਜਿਵੇਂ ਉਹ ਸਾਹਮਣੇ ਇਧਰ ਆ ਕੇ ਮੜਾ ਦਿਖਾਈ ਜਿਵੇਂ ਉਹ ਚੱਲਦੀ ਆ ਵੋਟ ਚੱਲੀ ਆ ਠੀਕ ਹੈ ਉਹ ਚ 10% ਨਾਲ ਜਿੰਨੇ ਵੀ ਹੈ ਤਾਂ ਆ ਜਿਹੜੀਆਂ ਵੋਟਾਂ ਹਨਾ ਇਹਨਾਂ ਦੇ ਥਰੂ ਇਹ ਪੈਸੇ ਕਮਾਉਂਦੇ ਆ ਕਿਵੇਂ ਕਮਾਉਂਦੇ ਆ ਤੁਸੀਂ ਮੰਨਣਾ ਨਹੀਂਗਾ ਵੀ ਇੱਕ ਵੋਟ ਆ ਜਿਹੜੀ ਉਹ ਤੁਹਾਨੂੰ ਆਹਾਹਾ ਚੀਜ਼ਾਂ ਦਿਖਾਊਗੀ ਜੇ ਆਪਾਂ ਦਿਖਾ ਗਏ ਇਧਰ ਮਾੜਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਦਿਖਾਉਣਾ ਥੋੜਾ ਆਪਾਂ ਅੱਗੇ ਅੱਜ ਮਾੜਾ ਜਨਾ ਜਿੱਥੇ ਜਾ ਕੇ ਕਲੀਅਰ ਜਾ ਜਾ ਸਾਰਾ ਠੀਕ ਆ ਸਭ ਤੋਂ ਪਹਿਲਾਂ ਵੀ ਆਹ ਜਿੱਥੇ ਖੜੇ ਆ ਇਹ ਇਹ ਏਰੀਗਾ ਹੈਨਾ ਇਹਦੇ ਚੋਂ ਬਾਅਦ ਦੇ ਵਿੱਚ ਇਹ ਬੋਰਡ ਨੇ ਲੈ ਕੇ ਜਾਣਾ ਜੰਗਲ ਦੇ ਥਰੂ ਦੇ ਵਿੱਚ ਟਾ ਨਾਲ ਦੇ ਥਰੂ ਦੇ ਵਿੱਚ ਦੀ ਇਹ ਲੈ ਕੇ ਜਾਂਦੇ ਆ ਠੀਕ ਆ ਇਹਦਾ ਤੁਹਾਨੂੰ ਦੱਸਦਾ ਵੀ ਇਹ ਫੋਰੈਸਟ ਆ ਜਿਹਦੇ ਵਿੱਚ ਦੀ ਨਦੀ ਵਿੱਚ ਦੀ ਜਾਣਾ ਉਸ ਤੋਂ ਬਾਅਦ ਇੱਥੇ ਤੁਸੀਂ ਜਿਹੜਾ ਹੈਗਾ ਦੇਖ ਸਕਦੇ ਹੋ ਆਡਾ ਆਡਾ ਪੰਛੀ ਦੇਖ ਸਕਦੇ ਹੋ ਆਪਾਂ ਆ ਗਏ ਰੰਗ-ਬਰੰਗੇ ਜੋ ਕੁਦਰਤ ਦੇ ਨਜ਼ਾਰੇ ਹੈ ਹਨ ਤਾਂ ਆ ਫੋਰੈਸਟ ਏਰੀਆ ਦਾ ਅੰਦਰਲਾ ਵਿਊ ਹੈ ਵੀ ਕਿਵੇਂ ਆ ਉਦੋਂ ਬਾਅਦ ਆ ਉਹਨਾਂ ਨੇ ਦਿਖਾਇਆ ਵੀ ਇਸ ਤਰ੍ਹਾਂ ਦੀ ਸਾਡੀ ਬੋਟ ਹੁੰਦੀ ਹੈ ਇੰਨੇ ਪਰਸਨ ਬੈਠ ਸਕਦਾ ਜਿਵੇਂ ਅਸੀਂ ਤਿੰਨ ਜਾਣੇ ਆ ਹਨ ਉਹ ਤੋਂ ਬਾਅਦ ਇੱਥੇ ਕੀ ਹੁੰਦਾ ਜਿਵੇਂ ਆ এলিਫੈਂਟ ਦੇ ਸ਼ਕਲ ਦਾ ਇਹਦੇ ਅੰਦਰ ਆਈਲੈਂਡ ਬਣਿਆ ਹੋਇਆ ਆ ਉਹਦੀਆਂ ਆ ਡਾ ਡਾ ਐਂਗਲ ਤੋਂ ਲਈਆਂ ਹੋਈਆਂ ਤਸਵੀਰਾਂ ਉਹਦੇ ਉੱਤੇ ਚਰਚ ਬਣੀ ਹੋਈ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰਾ ਸਾਰਾ ਇਹ ਜਿਹੜਾ ਹੈਗਾ ਇਹ ਆਪਾਂ ਗਏ ਉਦੋਂ ਬਾਅਦ ਇੱਥੇ 골ਡਨ ਸੈਂਡ ਬੀਚ ਆ ਕਿਉਂਕਿ ਇਹਦੀ ਜਿਹੜੀ ਆਪਾਂ ਗੱਲ ਕਰ ਗਏ ਕਲਰ ਇਸ ਵਿੱਚ ਦਾ ਉਹ ਸਾਰਾ 골ਡਨ ਹੈ ਠੀਕ ਹੈ ਤਾਂ ਇਹ 골ਡਨ ਸੈਂਡਵਿਚ ਹੈ ਇੱਥੇ ਤੁਹਾਨੂੰ ਲੈ ਕੇ ਜਾਂਦੇ ਆ ਉਹ ਤੋਂ ਬਾਅਦ ਜਿਹੜਾ ਇੱਥੇ ਆਪਾਂ ਗੱਲ ਕਰ ਅਰੇਬਿਕ ਸੀ ਹੈ ਤੇ ਆਹ ਜਿਹੜੀ ਨਦੀ ਥਰੂ ਅਸੀਂ ਜਾਵਾਂਗੇ ਇੱਥੇ ਦੋਨਾਂ ਦਾ ਸੰਗਮ ਹੁੰਦਾ ਠੀਕ ਹੈ ਤਾਂ ਇਹਨੂੰ ਕਹਿੰਦੇ ਆ ਪੂਵਰ ਵਿਊ ਪੁਆਇੰਟ ਇਹ ਦਿਖਾਉਂਦੇ ਆ ਉਹ ਤੋਂ ਬਾਅਦ ਆ ਉਹੀ ਸੰਗਮਾ ਦੋ ਨਦੀਆਂ ਦੇਤੇ ਆਪਾਂ ਗੱਲ ਕਰਗੇ ਸਮੁੰਦਰ ਦਾ ਹੈਨਾ ਉਹ ਤੋਂ ਬਾਅਦ ਇੱਕ ਇਹ ਜਿਹੜਾ ਹੈਗਾ ਮਦਰ ਮੈਰੀ ਚਰਚ ਬਣਾਈ ਹੋਈ ਹੈ ਠੀਕ ਆ ਉਹ ਇਹ ਦਿਖਾਉਂਦੇ ਆ ਮਤਲਬ ਉਤੋਂ ਬਾਅਦ ਇੱਥੇ ਜਿਹੜਾ ਹੈਗਾ ਫਲੋਟਿੰਗ ਕੋਟੇਜ ਬਣੇ ਹੋਏ ਆ ਮਾਲਕ ਘਰ ਬਣੇ ਹੋਇਆ ਜਿਹੜੇ ਤੈਰਦੇ ਰਹਿੰਦੇ ਆ ਇਹ ਬੜੇ ਘੈਂਟ ਆ ਦੇਖਣ ਨੂੰ ਵੀ ਘੈਂਟ ਲੱਗਦਾ ਤੇ ਇਹ ਬੜੀ ਜਗ੍ਹਾ ਤੇ ਹੁੰਦੇ ਆ ਠੀਕ ਆ ਉਤੋਂ ਬਾਅਦ ਤੁਸੀਂ ਇੱਥੇ ਆਪਾਂ ਗੱਲ ਕਰਕੇ ਬੋਤਿਆਂ ਤੇ ਵੀ ਝੂਲੇ ਲੈ ਸਕਦੇ ਹੋ ਊਠਾਂ ਤੇ ਵੀ ਤੇ ਘੋੜਿਆਂ ਤੇ ਵੀ ਲੈ ਸਕਦੇ ਹੋ ਤੇ ਨਾਲ ਆਪਾਂ ਗੱਲ ਕਰਕੇ ਇੱਥੇ ਬਹਿ ਕੇ ਖਾਣਾ ਖੁਣਾ ਰੈਸਟੋਰੈਂਟ ਬਣੇ ਆ ਜਿੰਨਾ ਮਰਜ਼ੀ ਖਾ ਸਕਦੇ ਹੋ ਆ ਜਿਹੜੀਆਂ ਚੀਜ਼ਾਂ ਆ ਕੋਕੋਨਟ ਦੇ ਪਲਾਂਟੇਸ਼ਨ ਆ ਤਾਂ ਚਲੋ ਵੈਸੇ ਵੀ ਤੁਸੀਂ ਕੇਰਲਾ ਘੁੰਮੋਗੇ ਸਾਰਾ ਕੁਝ ਮਿਲਣਾ ਹੀ ਆ ਉਦੋਂ ਬਾਅਦ ਆ ਸਾਰੀਆਂ ਚੀਜ਼ਾਂ ਮਿਲਦੀਆਂ ਤੇ ਉੱਥੇ ਐਂਡ ਤੇ ਜਾ ਕੇ ਜਿਹੜਾ ਹੈਗਾ ਆ ਪੁਆਇੰਟ ਆ ਜਿੱਥੇ ਤੁਸੀਂ ਬਹਿ ਸਕਦੇ ਹੋ ਆਨੰਦ ਲੈ ਸਕਦੇ ਹੋ ਇਹ ਪੂਰੇ ਇੱਕ ਘੰਟੇ ਦੀ ਰਾਈਡ ਆ ਹੁਣ ਇਹਦਾ ਜਿਹੜਾ ਆਪਾਂ ਕਹਿੰਗੇ ਸਾਰਾ ਸਾਰਾ ਠੇਕਾ ਹੁੰਦਾ ਉਹ ਆਪਾਂ ਕਹਿੰਗੇ ਇਹਨਾਂ ਦੇ ਪਿੰਡਾਂ ਕੋਲੇ ਹੁੰਦਾ ਹੈਨਾ ਸੋ ਪਿੰਡਾਂ ਦੇ ਜਿਹੜਾ ਹੈਗਾ ਮੰਨ ਲਓ ਆਪਾਂ ਕਹਿੰਗੇ ਜਿਹ 650 ਰੁਪਏ ਲਗਭਗ 6000 ਰੁਪਏ ਹੁੰਦਾ ਦੋ ਜਣਿਆਂ ਦਾ ਹੈਨਾ ਤਾਂ ਤੁਸੀਂ ਦੇਖ ਲਓ ਵੀ ਦੋ ਘਜਣੇ ਆਏ 6000 ਕਮਾਇਆ ਤਾਂ ਪੂਰਾ ਪਿੰਡ ਆ ਜਿਹੜਾ ਇੱਥੇ ਜੇ ਇੱਕ ਸਾਲ ਮਹੀਨੇ ਜੇ 1 ਲੱਖ ਜਿਹੜੇ ਟੂਰਿਸਟ ਆਉਂਦੇ ਤਾਂ ਲਗਭਗ ਇਹ ਪਿੰਡ 6-7 ਕਰੋੜ ਰੁਪਇਆ ਜਿਹੜਾ ਹੈਗਾ ਟੂਰਿਸਟਾਂ ਤੋਂ ਕਮਾਉਂਦਾ ਤੇ ਇਹਨਾਂ ਦੇ ਮੈਂ ਗੋਆ ਚ ਵੀ ਦੇਖਿਆ ਸੀ ਤੇ ਇੱਥੇ ਕੇਰਲਾ ਚ ਵੀ ਦੇਖਿਆ ਇਹਨਾਂ ਦੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਮੈਂਬਰ ਬਣਨ ਵਾਸਤੇ ਵੀ ਆਪਣਾ ਤਾਂ ਸਰਪੰਚ ਬਣਨ ਵਾਸਤੇ ਬਹੁਤ ਪੈਸਾ ਲੱਗਦਾ ਨਾ ਇਹਨਾਂ ਦੇ ਮੈਂਬਰ ਬਣ ਜਿਹੜਾ ਮੈਂਬਰ ਵੀ ਬਣ ਗਿਆ ਨਾ ਉਹ ਵੀ ਕਰੋੜਾਂ ਜਗਮਾਉ ਕਿਉਂਕਿ ਹਰ ਚੀਜ਼ ਦਾ ਠੇਕਾ ਇਹਨਾਂ ਦੀ ਪੰਚਾਇਤ ਕੋਲ ਹੁੰਦਾ ਸੋ ਸਾਡੇ ਪੰਜਾਬ ਦੇ ਵਿੱਚ ਵੀ ਇੱਕ ਸਿਸਟਮ ਹੋਣਾ ਚਾਹੀਦਾ ਜਿਹਦੇ ਨਾਲ ਪੰਚਾਇਤਾਂ ਪੈਸੇ ਕਮਾਉਣ ਹੈਨਾ ਸਾਨੂੰ ਜਾਂ ਟੂਰਿਸਟ ਇੰਡਸਟਰੀ ਡਿਵੈਲਪ ਕਰਨ ਦੀ ਲੋੜ ਆ ਜਾਂ ਕੋਈ ਵੀ ਚੀਜ਼ ਕੋਈ ਹਰ ਇੱਕ ਪਿੰਡ ਕੋਈ ਨਾ ਕੋਈ ਮੈਂ ਇਹ ਤੁਹਾਨੂੰ ਇੱਕ ਆਈਡੀਆ ਦੇ ਤੌਰ ਤੇ ਇੱਕ ਸੁਜੈਸਟ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਈ ਪਿੰਡਾਂ ਨੇ ਬੜੇ ਸੋਹਣੇ ਪਿੰਡ ਬਣਾਇਆ ਉਹ ਉੱਥੇ ਕੋਈ 10-10 20-20 ਰੁਪਏ ਲਾ ਬਣਾ ਲਾ ਕੇ ਹੈਨਾ ਤਾਂ ਉਹ ਚੀਜ਼ ਨੂੰ ਚਲਾ ਸਕਦੇ ਆ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਇਹਦੀ ਦਿਨਾਗ ਦੀ ਦਿੰਨਾ ਦਿਨਾਗ ਅਜ ਤੋਂ 2800 ਪਹਿਲਾਂ ਕੋਈ ਉਹਨੂੰ ਜਾਣਦਾ ਨਹੀਂ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਇੱਕ ਬਹੁਤ ਵੱਡਾ ਮੰਦਿਰ ਉਦੋਂ ਬਾਅਦ ਉੱਥੇ ਕੀ ਲੋਕ ਮੱਥਾ ਟੇਕਣ ਆਉਣ ਲੱਗ ਗਏ ਬੁੱਧ ਵਾਲੇ ਉਦੋਂ ਬਾਅਦ ਉਹਨਾਂ ਨੇ ਵਿਚਾਰੇ ਪੈਸੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਅੱਜ ਦਾ ਨਾਮ ਹੈਗਾ ਜਿਹੜਾ ਅਮਰਜਿੰਗ ਇੰਡਸਟਰੀ ਉੱਥੇ ਟੂਰਿਜ਼ਮ ਸਭ ਤੋਂ ਵੱਡੀ ਗੱਲ ਹੈ ਵੀ ਇਤਨਾ ਆਮ ਦੀ ਗੱਲ ਕਰ ਰਿਹਾ ਜਿਹੜਾ ਦੇਸ਼ਾਂ ਦੇ ਵਿੱਚ ਮੈਨੂੰ ਦਿਖਾਇਆ ਸੀ ਬਹੁਤ ਰੌਲਾ ਪਾ ਕੇ ਪਾ ਕੇ ਹੈਨਾ ਮਤਲਬ ਸਾਡੇ ਪਿੰਡਾਂ ਨੂੰ ਇਹ ਚਾਹੀਦਾ ਕਿ ਅਸੀਂ ਟੂਰਿਸਟ ਤਰੀਕੇ ਪਲੇਸਾਂ ਜਿਹੜੀਆਂ ਡਵੈਲਪ ਕਰਗੇ ਠੀਕ ਹੈ ਜਿੰਨਾ ਵੀ ਦੁਨੀਆਂ ਦਾ ਟੂਰਿਸਟ ਆ ਮੰਦਰਾਂ ਦੇ ਦਵਾਲੇ ਘੁੰਮਦਾ ਹਿੰਦੂਆਂ ਦਾ ਜਿਹੜਾ ਹੈਗਾ ਉਹ ਵੀ ਇਹ ਸਾਰੇ ਮੰਦਰਾਂ ਦੇ ਦਵਾਲੇ ਚਾਹੇ ਆਪਣਾ ਰਿਲੀਜੀਅਨ ਹੋਵੇ ਦੂਜੇ ਵਾਲੇ ਚਰਚਾਂ ਦੇ ਦਵਾਲੇ ਹਨ ਸੋ ਇੱਕ ਚੀਜ਼ ਦੇ ਨਾਲ ਬਾਕੀ ਜੀਆਂ ਵੱਡਾਂ ਡਵੈਲਪ ਹੁੰਦੇ ਹਨ ਸੋ ਤੁਸੀਂ ਸੋਚ ਸਕਦੇ ਹੋ ਵੀ ਇੱਥੇ ਕੇਰਲਾ ਦੀ ਇੱਕ ਪੰਚਾਇਤ ਆ ਮੈਂ ਕਹਣਾ ਵੀ ਉਹਦਾ ਬਸਟ ਬਸਟ ਵੀ ਜਿਹੜਾ ਹੈਗਾ ਮਹੀਨੇ ਦਾ 15-20 ਕਰੋੜ ਰੁਪਇਆ ਉਹ ਟੂਰਿਸਟਾਂ ਤੋਂ ਕਮਾ ਲੈਂਦੀ ਆ